हाँ जी, फिर उन्होंने उत्थों बहुत ही वधिया तेल लभ के ते फैक्टरी वाले नाल कॉन्टैक्ट करके तो फिर सानू उन्हें उत्थों भेजिया तेल। हुण भी इदां ही आ रहा साडा, 6-6 महीने बाद असीं मंगा रहे हां। दुनिया नालों वध हर एक चीज जिहड़ी आपां बीजने आ साडी पूरी दुनिया नालों वध इत्थे हुंदी आ, पर साडे कुछ सरकारां ने लालच दे के किसानां नूं रेहां स्प्रेहां ज्यादा पा। दोस्तों तुसी देख रहे हो पंजाबी रंग टीवी, मैं हरप्रीत सिंह मूणक तुहाडा स्वागत करदा। दोस्तों आपां हर वार दी तरह कोई ना कोई नवा विशा लै के आ रहे हैं अपने चैनल दे उत्ते, और साडियां बहुत सारियां वीडियो नूं तुसी प्यार दे रहे हो। अज भी आपां इक तुहानूं ऐसा विशा लै के आए हैं, एक वो हैगा ऑयली वर्ल्ड। साडे पंजाब दे विच बहुत सारे तेल लोग यूज करते हैं, अलसी का तेल, देसी घ्यो, सरों का तेल, अपने तिलां का तेल, बहुत सारे तेल यूज करते हैं। उन्हां विचों एक तेल हैगा ऑयली वर्ल्ड। ਸਾਡੇ ਨਾਲ ਉਹਦੀ ਜਾਣਕਾਰੀ ਦੇਣ ਲਈ ਸਾਡੇ ਨਾਲ ਮੌਜੂਦ ਆ ਸਰਦਾਰ ਗੁਰਨੇਕ ਸਿੰਘ ਜੀ। ਗੁਰਨੇਕ ਸਿੰਘ ਜੀ, ਤੁਹਾਡਾ ਸਾਡੇ ਪੰਜਾਬੀ ਰੰਗ ਟੀਵੀ ਤੇ ਬਹੁਤ ਬਹੁਤ ਸਵਾਗਤ ਹੈ ਜੀ। ਸਤਿ ਸ੍ਰੀ ਅਕਾਲ ਜੀ, ਵੈਲਕਮ, ਤੁਹਾਡਾ ਵੀ ਸਾਡੇ ਦਫ਼ਤਰ ਆਉਣ ਲਈ ਤੁਹਾਡਾ ਵੀ ਧੰਨਵਾਦ। ਗੁਰਨੇਕ ਸਿੰਘ ਜੀ, ਆਪਾਂ ਓਇਲੀ ਵੋਲ ਦਾ ਬਿਜ਼ਨਸ ਸ਼ੁਰੂ ਕੀਤਾ ਜਿਹਨੂੰ ਆਪਾਂ ਪੰਜਾਬੀ ਜੈਤੂਨ ਦਾ ਤੇਲ ਬੋਲਦੇ ਹਾਂ। ਹਾਂਜੀ, ਤੇ ਇਹ ਆਈਡੀਆ ਤੁਹਾਡੇ ਦਿਮਾਗ ਦੇ ਵਿੱਚ ਕਿਵੇਂ ਆਇਆ? ਦੇਖੋ ਜੀ, ਮੈਂ 2002 'ਚ ਇੰਗਲੈਂਡ ਗਿਆ ਸੀ। ਅੱਛਾ ਜੀ। ਤਾਂ ਉੱਥੇ ਬਹੁਤ ਹੀ ਜਦੋਂ ਅਸੀਂ ਬਿਲਡਿੰਗ ਲਾਈਨ ਦਾ ਕੰਮ ਕਰਦੇ ਹਾਂ ਜਾਂ ਹੋਰ ਵੀ ਸਟੋਰਾਂ 'ਚ ਜਾਂਦੇ ਹਾਂ, ਅਸੀਂ ਬਹੁਤ ਦੇਖਿਆ ਵੀ ਓਲੀਵ ਓਇਲ ਜਿਹੜੇ ਗੋਰੇ ਲੋਕ ਆ, ਆਪਣੇ ਪੰਜਾਬੀ ਵੀ ਆ ਜਿਹੜੇ ਉੱਥੇ ਰਹਿੰਦੇ, ਇਹ ਉਹ ਸਰਦੀਆਂ ਨੂੰ ਬਹੁਤ ਯੂਜ਼ ਕਰਦੇ ਆ ਇਹ। ਫਿਰ ਉਹਨਾਂ ਨੂੰ ਜਦੋਂ ਮੈਂ ਪੁੱਛਿਆ ਵੀ ਇਹ ਤੇਲ ਸਾਡੇ ਲਈ ਤਾਂ ਇਹ ਨਵਾਂ ਤੇਲ ਸੀ, ਅਸੀਂ ਇੱਥੇ ਪੰਜਾਬ 'ਚ ਬਹੁਤ ਘੱਟ ਦੇਖੀਦਾ ਸੀ 2000 ਦੇ ਨੇੜੇ ਤੇੜੇ, ਅਤੇ ਫਿਰ ਅਸੀਂ ਜਦੋਂ ਉਹਨਾਂ ਨੂੰ ਪੁੱਛਿਆ, ਉਹਨਾਂ ਨੇ ਕਿਹਾ ਵੀ ਇਹ ਸਰਦੀਆਂ ਵਿੱਚ ਬਹੁਤ ਹੀ ਲਾਭਦਾਇਕ ਆ, ਗਰਮ ਹੁੰਦਾ ਆ, ਅਤੇ ਇਹਨੂੰ ਯੂਜ਼ ਕਰਨ ਨਾਲ ਕਈ ਤਰ੍ਹਾਂ ਦੀਆਂ ਬਿਮਾਰੀਆਂ ਤੋਂ ਛੁਟਕਾਰਾ ਮਿਲਦਾ, ਅਤੇ ਇਹਦੇ ਨਾਲ ਹੱਡੀਆਂ ਵੀ ਹੋਰ ਵਗੈਰਾ, ਬਲੱਡ ਪ੍ਰੈਸ਼ਰ ਇੱਦਾਂ ਦੇ ਜਿਹੜੇ ਫਾਇਦੇ ਨੇ ਉਹਨਾਂ ਨੇ ਸਾਨੂੰ ਦੱਸੇ, ਅਤੇ ਇਹ ਇਸ ਤਰ੍ਹਾਂ ਫਿਰ ਅਸੀਂ ਉੱਥੇ ਵੀ ਯੂਜ਼ ਕਰਨਾ ਸ਼ੁਰੂ ਕਰਤਾ। ਅਤੇ ਬਾਅਦ ਵਿੱਚ ਜਦੋਂ ਹੁਣ 2016 'ਚ ਮੈਂ ਇੰਡੀਆ ਆਇਆ, ਅਤੇ ਮੈਂ ਸੋਚਿਆ ਕੋਈ ਬਿਜ਼ਨਸ ਇਹੋ ਜਿਹਾ ਕੀਤਾ ਜਾਵੇ ਵੀ ਜਿਹਦੇ ਨਾਲ ਜਿਹੜਾ ਆਪਾਂ ਯੂਰਪ ਦਾ ਜੋ ਵੀ ਚੀਜ਼ ਆ, ਹੁਣ 2-3 ਚੀਜ਼ਾਂ ਜਿਵੇਂ ਓਲਿਵ ਆ, ਇਹਦੇ ਹੁੰਦੇ ਉਹ ਪੀਜ਼ੇ 'ਤੇ ਪੈਂਦੇ ਆ, ਹੋਰ ਡਰਿੰਕ ਹੁੰਦੀ ਆ, ਹੋਰ ਦੂਸਰੀ ਐਨਰਜੀ ਡਰਿੰਕ ਆ, ਇੱਕ ਓਲਿਵ ਓਇਲ ਫਿਰ ਲੈ ਕੇ ਅਸੀਂ ਇੰਪੋਰਟ ਕੀਤਾ ਆ ਸਪੇਨ ਤੋਂ। ਫਿਰ ਮੈਂ ਸੋਚਿਆ ਮੈਂ ਆਪਣੇ ਏਰੀਏ 'ਚ, ਆਪਣੇ ਪਿੰਡਾਂ 'ਚ, ਆਪਣੇ ਪਿੰਡਾਂ 'ਤੇ ਲੋਕਾਂ ਤੱਕ ਇਹ ਪਹੁੰਚਾਵਾਂ। ਅੱਛਾ ਭਾਜੀ, ਆਪਾਂ ਤੁਹਾਨੂੰ ਇੱਕ ਹੋਰ ਸਵਾਲ ਕਰਦੇ ਆ ਕਿ ਜਦੋਂ ਤੁਸੀਂ ਯੂਰਪ ਤੋਂ ਇਹ ਚੀਜ਼ਾਂ ਬਾਰੇ ਜਾਣਕਾਰੀ ਲਈ ਅਤੇ ਇਹ ਚੀਜ਼ਾਂ ਬਾਰੇ ਜਾਣਕਾਰੀ ਲੈ ਕੇ ਜਦੋਂ ਤੁਸੀਂ ਇੰਡੀਆ ਨੂੰ ਇੰਪੋਰਟ ਕਰਨ ਲੱਗੇ ਅਤੇ ਤੁਹਾਨੂੰ ਕਿਹੜੀ ਕਿਹੜੀ ਦਿੱਕਤ ਦਾ ਸਾਹਮਣਾ ਕਰਨਾ ਪਿਆ? ਇੰਡੀਆ ਵਿੱਚ ਥੋੜ੍ਹੀ ਜਿਹੀ ਪ੍ਰੋਬਲਮ ਆਉਂਦੀ ਆ, ਜਿਵੇਂ ਪਹਿਲਾਂ ਜਦੋਂ ਕੋਈ ਵੀ ਕੰਮ ਕਰਨਾ ਹੋਏ ਨਾ ਆਪਾਂ ਨੂੰ ਜੀ, ਤਾਂ ਉਹਦੇ ਲਈ ਸਾਨੂੰ ਸਭ ਤੋਂ ਪਹਿਲਾਂ ਲਾਇਸੈਂਸ ਲੈਣੇ ਪੈਂਦੇ ਆ ਜੀ, ਅਤੇ ਲਾਇਸੈਂਸ ਜਿਹੜੀ ਸਾਨੂੰ ਜਾਣਕਾਰੀ ਦਾ ਹੀ ਨਹੀਂ ਪਤਾ ਹੁੰਦਾ ਜੀ, ਇਸ ਲਈ ਇਹ ਥੋੜ੍ਹੀਆਂ ਛੋਟੇ ਮੋਟੇ ਜਿਹੜੇ ਇਹ ਕੰਮ ਥੋੜ੍ਹਾ ਜਿਹਾ ਮੇਰਾ ਡਿਲੇ ਹੋਇਆ ਸੀ। ਫਿਰ ਮੈਨੂੰ ਜਾਣਕਾਰੀ ਮਿਲ ਗਈ ਵੀ ਇੱਦਾਂ ਲਾਇਸੈਂਸ ਲਈਦਾ ਆ, ਆਹ ਕੰਮ ਇੱਦਾਂ ਹੁੰਦੇ ਆ, ਪੈਸੇ ਭੇਜੀਦੇ ਆ, ਇੱਦਾਂ ਹੌਲੀ ਹੌਲੀ ਦਿੱਲੀ, ਫਿਰ ਜਿਹੜੀ ਆਪਣੇ ਸ਼ਿਪਿੰਗ ਵਾਲਿਆਂ ਦੇ ਦਫ਼ਤਰ ਆ ਉਹਨਾਂ ਨਾਲ ਜਾਣ ਪਛਾਣ ਹੋ ਗਈ। ਫਿਰ ਸਾਡਾ ਜਿਹੜਾ ਸਮਾਨ ਸੀ ਸਪੇਨ ਤੋਂ ਪੋਰਟ ਹੋ ਕੇ ਬਾਏ ਸ਼ਿਪ ਉਹ ਦਿੱਲੀ ਆ ਗਿਆ, ਦਿੱਲੀ ਤੋਂ ਇਸ ਤਰ੍ਹਾਂ ਪੰਜਾਬ ਲੈਣ ਦਾ ਸੀ। ਅੱਛਾ ਜੀ, ਜਿੱਦਾਂ ਆਪਾਂ ਸਰੋਂ ਦੇ ਤੇਲ ਦੇ ਬੈਨੀਫਿਟ ਜਾਣਦੇ, ਦੇਸੀ ਘੀ ਦੇ ਬੈਨੀਫਿਟ ਜਾਣਦੇ ਹੈਗੇ ਆ, ਹਾਂਜੀ ਹਾਂਜੀ, ਇਸ ਤਰੀਕੇ ਨਾਲ ਇਸ ਤੇਲ ਦੇ ਕੀ ਕੀ ਬੈਨੀਫਿਟ ਆ ਸਾਡੇ ਦਰਸ਼ਕ ਵੀਰਾਂ ਨੂੰ ਜ਼ਰੂਰ ਉਹਦੇ ਬਾਰੇ ਜਾਣਕਾਰੀ ਦਿਓ ਜੀ, ਤਾਂ ਜੋ ਉਹ ਵੀ ਸਾਡੀ ਵੀਡੀਓ ਦੇਖ ਕੇ ਇਸ ਤੇਲ ਨੂੰ ਯੂਜ਼ ਕਰਨਾ ਸ਼ੁਰੂ ਕਰਨਾ। ਹਾਂਜੀ, ਜੈਤੂਨ ਦੇ ਤੇਲ ਦੇ ਬਹੁਤ ਫਾਇਦੇ ਹਨ, ਬਲੱਡ ਸਰਕੂਲੇਟ ਠੀਕ ਕਰਦਾ ਹੈ, ਪੇਟ ਦੀ ਚਰਬੀ ਘੱਟ ਕਰਦਾ ਹੈ, ਜੋੜਾਂ ਦੇ ਦਰਦਾਂ ਤੋਂ ਛੁਟਕਾਰਾ ਮਿਲਦਾ ਹੈ, ਕੋਲੈਸਟ੍ਰੋਲ ਨੂੰ ਕੰਟਰੋਲ ਕਰਦਾ ਹੈ, ਇਹ ਮਾਲਿਸ਼ ਲਈ ਫਾਇਦੇਮੰਦ ਹੈ, ਚਮੜੀ ਅਤੇ ਵਾਲਾਂ ਲਈ ਵੀ ਉਪਯੋਗੀ ਹੈ, ਕੈਂਸਰ ਅਤੇ ਪੱਥਰੀ ਠੀਕ ਕਰਨ ਵਿੱਚ ਵੀ ਫਾਇਦੇਮੰਦ ਹੈ। ਮਤਲਬ ਜੇ ਆਪਾਂ ਕਹੀਏ ਇਹ ਗੁਣਾਂ ਦੀ ਗੁਥਲੀ ਆ, ਇਹ ਤੇਲ ਇਹ ਸਾਨੂੰ ਯੂਜ਼ ਕਰਨਾ ਚਾਹੀਦਾ ਆ, ਸਾਰੀ ਉਮਰ ਦੇ ਜਿਹੜੇ ਬੱਚੇ ਆ ਸਾਡੇ ਉਹਨਾਂ ਲਈ ਵੀ, ਜਿਹੜੇ ਯੰਗਸਟਰ ਆ ਉਹਨਾਂ ਲਈ ਵੀ ਠੀਕ ਆ, ਜਿਹੜੇ ਸਾਡੇ ਬਜ਼ੁਰਗ ਆ ਉਹਨਾਂ ਲਈ ਵੀ ਬਹੁਤ ਹੀ ਫਾਇਦੇਮੰਦ ਤੇਲ ਹੈ। ਅੱਛਾ ਜੀ, ਜਦੋਂ ਤੁਸੀਂ ਆਪਾਂ ਬਾਹਰੋਂ ਇੱਥੋਂ ਬਾਹਰ ਸਪੇਨ ਤੋਂ ਜਾਂ ਬਾਹਰਲੀ ਯੂਰਪ ਤੋਂ ਆਪਾਂ ਇੱਧਰ ਨੂੰ ਇੰਪੋਰਟ ਕਰਾਉਂਦੇ ਹੈਗੇ ਆ, ਅਤੇ ਸਾਨੂੰ ਇੱਕ ਬੋਤਲ ਦੇ ਉੱਤੇ ਕੀ ਕੋਸਟ ਚੜ ਜਾਂਦੀ ਹੈਗੀ ਆ? ਦੇਖੋ ਜੀ, ਉੱਥੇ ਇਸ ਟਾਈਮ ਜਿਹੜੀ ਰੇਟ ਆ ਇਹਦਾ ਉਹ
कोई 5-6 यूरो स्पेन से चलता पिया आ प्योर का। हाँ जी चार 500 रुपया फिर इतने ड्यूटी मिलती ड्यूटी पैंती है इंडिया च। हाँ जी फिर इस तरह जिहड़ी शिप का किराया वह भी वेच ही पैंदा आ। इस करके थोड़ा जिहा मैनू जानकारी उदू घट होण करके मैं जिवें बोतलां उत्थों ही पैकिंग कराई कि मैं जिहड़ी बोतल की बोतल इदां दी पैकिंग बनती अपने कस्टमर नूं दां। इस करके साडा थोड़ा जिहा इहदा रेट थोड़ा जिहा ज़्यादा आ सानू पै गया। अच्छा जी यूरोप दे विच जदों तुसीं सीगे जदों इहदे बारे जानकारी लई उत्थे आपां हां जी उत्थे किसे कंपनी दे नाल संपर्क कीता? हाँ जी आपां इह तेल इंडिया खड़ना हैगा। हाँ जी हाँ जी मेरा कजन आ हांजी ताया जी का लड़का आ मेरा बार्सिलोना विक विच रहिंदा आ उहदा अपना बिजनेस आ उत्थे उहने वी बसरा इंपोर्ट एक्सपोर्ट का लाइसेंस लिया आ उत्थे स्पेन विच ते उहदे नाल मैं गलबात कीती उह वी इंट्रस्ट रखदा सी। वो कहिंदा कोई गल नहीं मैं स्पेन विच बड़े कोहलू जिवें अपने कोहलू हुंदे आ इह वी उत्थे कोहलू ही हुंदे आ कहिंदा मैं कोई गल नहीं उहनां कोहलू वालिआं नाल गल करना। उहने जाके फैक्टरी वालिआं नाल गल कीती कि असीं इंडिया इंपोर्ट करना चाहुंदे आ उह फैक्टरी वाले कहिंदे चलो ठीक आ ਤੁਸੀਂ ਇੱਦਾਂ ਪੇਮੈਂਟ ਇੰਨੀ ਦੇ ਦਿਓ ਐਡਵਾਂਸ ਇੰਨੀ ਬਾਅਦ 'ਚ ਦੇ ਦਿਓ ਅਤੇ ਫਿਰ ਹਾਂਜੀ ਫਿਰ ਉਹਨਾਂ ਨੇ ਉੱਥੋਂ ਬਹੁਤ ਹੀ ਵਧੀਆ ਤੇਲ ਲੱਭ ਕੇ ਅਤੇ ਫੈਕਟਰੀ ਵਾਲਿਆਂ ਨਾਲ ਕੰਟੈਕਟ ਕਰਕੇ ਅਤੇ ਫਿਰ ਸਾਨੂੰ ਉਹਨੇ ਉੱਥੋਂ ਭੇਜਿਆ ਤੇਲ। ਹੁਣ ਵੀ ਇੱਦਾਂ ਹੀ ਆ ਰਿਹਾ ਸਾਡਾ 6-6 ਮਹੀਨੇ ਬਾਅਦ ਅਸੀਂ ਮੰਗਾ ਰਹੇ ਹਾਂ। ਹਾਂਜੀ ਅੱਛਾ ਜੀ ਜਿੱਦਾਂ ਕਿ ਇਹ ਚੀਜ਼ਾਂ ਬਾਰੇ ਜਾਂ ਓਇਲੀ ਓਇਲ ਬਾਰੇ ਗੋਰੇ ਲੋਕ ਬਹੁਤ ਜ਼ਿਆਦਾ ਵਧੀਆ ਤਰੀਕੇ ਨਾਲ ਜਾਣਦੇ ਆ ਜਦੋਂ ਤੁਸੀਂ ਸਾਡੇ ਪੰਜਾਬ ਦੇ ਵਿੱਚ ਇਹਨੂੰ ਇੰਪੋਰਟ ਕੀਤਾ ਇੱਥੇ ਜਦੋਂ ਤੁਸੀਂ 1-2 ਜਾਂ ਲੋਕਾਂ ਨੂੰ ਵਰਤਣ ਵਾਸਤੇ ਦਿੱਤਾ ਹੈਗਾ ਤੇ ਇੱਥੇ ਲੋਕਾਂ ਦਾ ਕਿਹੋ ਜਿਹਾ ਰਿਸਪੌਂਸ ਸੀਗਾ? ਦੇਖੋ ਜਿਹੜਾ ਯੂਜ਼ ਕਰਦਾ ਨਾ ਥੋੜਾ ਜਿਹਾ ਮਹਿੰਗਾ ਹੋਣ ਕਰਕੇ ਲੋਕੀ ਕੰਨੀ ਕਤਰਾਉਂਦੇ ਆ ਸਾਰੇ ਹੀ ਸਾਡੇ ਜਿਹੜੇ ਹੈ ਨਾ ਯੂਜ਼ ਕਰਨ ਵਾਲੇ, ਪਰ ਜਿਹਨੂੰ ਨੌਲੇਜ ਆ ਉਹਦੇ ਲਈ ਮਹਿੰਗਾ ਨਹੀਂ ਹੈਗਾ ਕਿਉਂਕਿ ਇਹ ਜਿਹੜਾ ਆ ਇਹ ਦੂਸਰੇ ਤੇਲਾਂ ਦੇ ਜਿਵੇਂ ਸਰੋਂ ਦਾ ਤੇਲ ਆ ਜਾਂ ਦੂਸਰੇ ਡਾਲਡਾ ਆ ਜਾਂ ਜੋ ਵੀ ਆ ਦੂਜੇ ਤੀਜੇ ਤੇਲ ਆ ਉਹਨਾਂ ਦੇ ਮੁਕਾਬਲੇ ਇਹ ਤੇਲ ਅੱਧਾ ਪੈਂਦਾ ਆ। ਜਿਵੇਂ ਆਪਾਂ ਤੜਕਾ ਲਾਉਂਦੇ ਹਾਂ ਆਧਾਰ ਦੇ ਤੌਰ 'ਤੇ, ਮੰਨ ਲਓ ਆਪਾਂ 2 ਚਮਚੇ ਪਾਉਂਦੇ ਹਾਂ ਸਰੋਂ ਦਾ ਤੇਲ, ਇਹ ਇਹਨੇ 1 ਹੀ ਪੈਣਾ ਆ। ਜੇ ਉਹਦੀ ਕੋਸਟ ਦੇਖੀਏ ਤਾਂ ਇਹ ਸੇਮ ਉਹਦੇ ਬਰਾਬਰ ਹੀ ਆ। ਜਿਹਨਾਂ ਨੂੰ ਇਹਦੇ ਬੈਨੀਫਿਟ ਪਤਾ ਉਹਦੇ ਲਈ ਕੋਈ ਮਹਿੰਗਾ ਨਹੀਂ? ਹਾਂ ਉਹਨਾਂ ਲਈ ਕੋਈ ਮਹਿੰਗਾ ਨਹੀਂ ਹੈਗਾ ਜੀ। ਠੀਕ ਆ ਠੀਕ ਆ। ਅੱਛਾ ਤੇ ਇਹ ਤੇਲ ਦੇ ਹੁਣ ਤੱਕ ਆਪਾਂ ਕੀ ਰਿਜ਼ਲਟ ਲੈ ਚੁੱਕੇ ਆ? ਇੱਥੇ ਕਿਹੜੀ ਕਿਹੜੀ ਬਿਮਾਰੀ ਤੋਂ, ਜੇਕਰ ਜ਼ਿਆਦਾ ਸਾਡੇ ਦਰਸ਼ਕ ਵੀਰਾਂ ਨੂੰ ਉਹਦੇ ਬਾਰੇ ਵੀ ਜਾਣਕਾਰੀ ਦੇ ਸਕਦੇ ਤੁਸੀਂ? ਹਾਂਜੀ ਇਹ ਜਿਹੜੀ ਆ ਇਹ ਜੋੜਾਂ ਦੇ ਦਰਦਾਂ ਲਈ ਬਹੁਤ ਉਪਯੋਗੀ ਮੰਨਿਆ ਗਿਆ ਆ। ਬਹੁਤ ਸਾਰੇ ਜਿਹੜੇ ਹੱਡੀਆਂ ਦੇ ਡਾਕਟਰ ਆ ਆਪਣੇ ਲੋਕਲ ਆ ਮੇਰੇ ਟਾਂਡੇ ਦੇ, ਆਪਣੇ ਮਿਆਣੀ ਦੇ, ਬਿਗਵਾਲ ਦੇ ਵੀ ਉਹ ਇਹਨੂੰ ਵਰਤਦੇ ਆ, ਉਹ ਲੈ ਕੇ ਜਾਂਦੇ ਆ ਮੇਰੇ ਕੋਲ। ਅੱਛਾ ਜੀ ਜਿੱਦਾਂ ਕਿ ਇਹਦੀ ਯੂਰਪ ਦੇ ਵਿੱਚ ਖੇਤੀ ਹੁੰਦੀ ਆ? ਹਾਂਜੀ ਇਹ ਜੈਤੂਨ ਦੇ ਜਿਹੜੇ ਇਹ ਓਲਿਵ ਇਹਨਾਂ ਨੂੰ ਕਹਿੰਦੇ ਆ, ਇਹ ਪੀਜ਼ੇ ਉੱਤੇ ਵੀ ਪਾਉਂਦੇ ਆ ਲੋਕੀ। ਜਦੋਂ ਤੁਸੀਂ ਆਪਾਂ ਪੀਜ਼ਾ ਖਾਈਦਾ ਆ ਦੇਖੋ ਓਲਿਵ ਪਾਏ ਹੋਣਗੇ ਆਪਣੇ ਜਾਮਨੀ ਕਲਰ ਦੇ ਤਾਂ ਗ੍ਰੀਨ ਵੀ ਇਹਨਾਂ ਦਾ ਅਚਾਰ ਵੀ ਮਿਲਦਾ ਆ ਲੋਕੀ ਖਾਂਦੇ ਆ ਯੂਰਪ 'ਚ। ਇਹ ਦਰਖਤ ਹੁੰਦੇ ਆ, ਖੇਤੀ ਹੁੰਦੀ ਆ ਇਹਨਾਂ ਦੀ, ਉਹੀ ਖੇਤੀ ਤੂੰ ਇਹ ਬਾਅਦ 'ਚ ਬੇਰਾਂ ਵਾਂਗੂ ਇਹ ਲੱਗਦੇ ਆ, ਬਾਅਦ 'ਚ ਉਹ ਤੋੜ ਕੇ ਛਾਣ ਕੇ ਇਹਦਾ ਜਿੱਦਾਂ ਆਪਾਂ ਅਲਸੀ ਦਾ ਤੇਲ ਕੱਢੀਦਾ ਆ ਜਾਂ ਸਰੋਂ ਦਾ ਤੇਲ ਇੱਦਾਂ ਦੇ ਕੋਹਲੂ ਆ ਉਹਦੇ 'ਚ ਪੀੜ ਕੇ ਇਹਦਾ ਤੇਲ ਕੱਢਦੇ ਆ ਅਤੇ ਉਹ ਫਿਰ ਇਹ ਭੇਜਦੇ ਆ ਇੱਧਰ। ਅੱਛਾ ਜੀ ਕੀ ਇਹ ਖੇਤੀ ਜਿਹੜੀ ਜੈਤੂਨ ਦੀ ਖੇਤੀ ਹੈ ਜੇ ਆਪਾਂ ਪੰਜਾਬ ਦੇ ਵਿੱਚ ਇਹਦੇ ਬਿਜ਼ਨਸ ਕਰਦਾ ਹੋਵੇ ਕਿਸੇ ਨੇ ਅਤੇ ਕੀ ਇਹ ਪੰਜਾਬ ਦੇ ਵਿੱਚ ਸੰਭਵ ਹੋ ਸਕਦੀ ਹੈ? ਜ਼ਰੂਰ ਜੀ, ਦੇਖੋ ਪੰਜਾਬ ਇੱਕ ਇਹੋ ਜਿਹੀ ਧਰਤੀ ਆ ਜਿੱਥੇ ਦੁਨੀਆਂ ਨਾਲੋਂ ਵੱਧ ਹਰ ਇੱਕ ਚੀਜ਼ ਜਿਹੜੀ ਆਪਾਂ ਬੀਜਦੇ ਹਾਂ ਸਾਡੀ ਪੂਰੀ ਦੁਨੀਆਂ ਨਾਲੋਂ ਵੱਧ ਇੱਥੇ ਹੁੰਦੀ ਆ। ਪਰ ਸਾਡੇ ਕੁਝ ਸਰਕਾਰਾਂ ਨੇ ਲਾਲਚ ਦੇ ਕੇ ਕਿਸਾਨਾਂ ਨੂੰ ਰੇਹਾਂ ਸਪਰੇਆਂ ਜ਼ਿਆਦਾ ਪਾਉਣੀਆਂ ਸ਼ੁਰੂ ਕਰਤੀਆਂ, ਉਹਦੇ ਕਰਕੇ ਥੋੜ੍ਹਾ ਜਿਹਾ ਪ੍ਰੋਬਲਮ ਆ ਗਈ ਆ ਸਾਡੀ ਧਰਤੀ 'ਚ। ਪਰ ਮੇਰੇ ਖਿਆਲ ਨਾਲ ਜੇ ਆਪਾਂ ਇਹਦੇ ਆਪਾਂ ਜਿੱਦਾਂ ਬਾਗ ਲਾਈਏ ਓਲਿਵ ਦੇ ਅਤੇ ਉੱਦਾਂ ਲਾ ਕੇ ਅਤੇ ਖੇਤੀ ਹੋ ਸਕਦੀ ਆ, ਕੋਈ ਵੱਡੀ ਗੱਲ ਨਹੀਂ ਹੈਗੀ। ਅਤੇ ਸਾਡੇ ਦਰਸ਼ਕ ਵੀਰਾਂ ਨੂੰ ਇੱਕ ਹੋਰ ਵੀ ਜਾਣਕਾਰੀ ਦਿਓ ਕਿ ਜੇਕਰ ਸਾਡੇ ਇੰਡੀਆ ਵਿੱਚ ਕਿਸੇ ਨੇ ਇਹ ਬੋਤਲ ਸਾਡੀ ਵੀਡੀਓ ਦੇਖ ਕੇ ਮੰਗਾਉਣੀ ਹੋਵੇ ਤਾਂ ਕੀ ਕੋਸਟ ਪੈਂਦੀ? ਦੇਖੋ ਇਹ ਜੇ ਤਾਂ ਸਿੰਗਲ ਬੋਤਲ ਸਟੋਰਾਂ 'ਚ ਲੱਗੀ ਆ ਜਿਹੜਾ ਰੇਟ ਤੁਸੀਂ ਦੇਖ ਲਿਓ ਪਹਿਲਾਂ ਸਟੋਰਾਂ ਦਾ ਜਾ ਕੇ ਰੇਟ ਦੇਖ ਲਿਓ, ਉਹਦੇ ਰੇਟ ਤੋਂ ਮੈਂ ਘੱਟ ਹੀ ਤੁਹਾਨੂੰ ਭੇਜਾਂਗਾ ਸਿੰਗਲ ਬੋਤਲ ਵੀ। ਜੇ ਤੁਸੀਂ ਪੇਟੀ ਵੀ ਲੈਣੀ ਆ ਪੇਟੀ ਦਾ ਹੋਰ ਰੇਟ ਹੋਏਗਾ, ਠੀਕ ਆ। ਇਹ ਮਤਲਬ ਕਿ ਡਿਪੈਂਡ ਆ ਤੁਹਾਡਾ ਆਰਡਰ ਕਿੰਨਾ ਆ। ਦੇਖੋ ਜੀ ਸਾਰੇ ਆਪਣੇ ਜਿਹੜੇ ਵਿਦਵਾਨ ਆ ਉਹ ਕਹਿੰਦੇ ਆ ਬਾਹਰ ਨਾ ਜਾਓ ਬਾਹਰ ਨਾ ਜਾਓ, ਇੱਥੇ ਕੰਮ ਸ਼ੁਰੂ ਕਰੋ। ਹੁਣ ਦੇਖੋ ਮੈਂ 2019 ਦਾ ਕੀਤਾ ਹੋਇਆ ਆ, ਚਲੋ ਪਹਿਲਾਂ ਥੋੜ੍ਹਾ ਰਿਸਪੌਂਸ ਮਿਲਿਆ, ਹੌਲੀ ਹੌਲੀ ਇਹਨੂੰ ਵੀ ਤੇਲ ਨੂੰ ਵੀ ਮੇਰੇ ਨੂੰ ਵਧੀਆ ਰਿਸਪੌਂਸ ਮਿਲ ਰਿਹਾ ਆ। ਮੈਂ ਚਾਹੁੰਦਾ ਕਿ ਮੇਰਾ ਹੋਰ ਬਿਜ਼ਨਸ ਵਧੇ
तो हुण सारिआं नूं यही बेनती करदे आं कि देखो थोड़ा थोड़ा चलो एक एक दो दो बोतल तुसीं आप यूज़ करके देखो बेनीफिट जरूर होएगा तुहानूं। तुहानूं स्टोरां तों घट रेट ते ओरिजिनल ओलिव ऑयल जिहड़ा आ बिना मिलावट तों 100% प्योर आ ये तुहानूं मिलेगा, इहदी मैं गरंटी देना तुहानूं। ठीक है जी। ते अच्छा जी आप एक होर तुहानूं अहम सवाल करना है कि आप इहदी तेल की परख किद्दां करिए कि ओरिजिनल आ, जाण के जिद्दां कई वेले डुप्लीकेट भी हुंदे आ, जिद्दां सरवा तेल नूं तुसीं फ्रिज रख दो जम जांदा हैगा, इस तरीके नाल इहदी आपां किवें परख कर सकदे आ? ये देखो तुसीं इह बहुत वधिया सवाल कीता आ जी। तुसीं इह भी फ्रिज च रख के देख लो, चमचे दो जिद्दां मान लो बोतल रख लो चमचियां च रख लो, खुला रख लो, जे ते जम जांदा आ तां देखो फिर तां इह डुप्लीकेट आ। पर मैं देखिया एक्सपैरिमेंट करके ये जमदा नहीं है। ठीक है जी। अच्छा जी जो तुम 2019 तो शुरुआत करती इस काम की, उस तो बाद जो तुम अपने पिंड किसी को थोड़ा बहुत देना शुरू किया है कि लोगों ने तुम एप्रीशिएट भी किया कि तुम गन्ने की बाजी वधिया काम कर रहे हो, होर वधिया करो, आप किसी ने सपोर्ट की? हाँ जी, मेरे लागे जिहड़े दो तीन पिंड आ, पिंड बरियार आ, अवान घोड़ेशाह आ, डमाणा आ, इन्होंने मेरे जिहड़े फ्रेंड सर्कल दे आ सारे यूज़ करते आ, ਤਾਂ ਉਹ ਹੋਰ ਵੀ ਹਰ ਸਾਲ ਹੀ ਲੈ ਕੇ ਜਾਂਦੇ ਆ, ਜਦੋਂ ਖਤਮ ਹੋ ਜਾਂਦਾ ਆ ਲੈ ਜਾਂਦੇ ਆ, ਕਿਸੇ ਕੋਈ ਕੋਈ ਇੱਕ ਪੇਟੀ ਲੈ ਜਾਂਦਾ, ਕੋਈ ਦੋ ਪੇਟੀਆਂ, ਇੱਦਾਂ ਜਿੱਦਾਂ ਉਹਨਾਂ ਦੇ ਡਿਮਾਂਡ ਆ ਘਰ ਦੀ, ਮੇਰੇ ਕੋਲ ਲੈ ਕੇ ਜਾ ਰਹੇ ਆ, ਬਹੁਤ ਵਧੀਆ ਰਿਸਪੋਂਸ ਆ ਰਿਹਾ ਮੈਨੂੰ। ਅਤੇ ਹੁਣ ਤੱਕ ਸਾਡੇ ਇੱਥੇ ਪੰਜਾਬ ਦੇ ਵਿੱਚ ਤੁਹਾਡੀਆਂ ਕਿੰਨੀਆਂ ਕੁ ਪੇਟੀਆਂ ਲੱਗ ਜਾਂਦੀਆਂ ਮਹੀਨੇ ਦੀਆਂ? ਮੇਰੀਆਂ ਮਹੀਨੇ ਦੀਆਂ ਕੋਈ 50 ਕੁ ਪੇਟੀਆਂ ਲੱਗ ਜਾਂਦੀਆਂ ਆ। ਅੱਛਾ ਜੀ। ਹਜੇ ਜਿੱਦਾਂ ਜਿੱਦਾਂ ਡਿਮਾਂਡ ਆਉਂਦੀ ਆ, ਜਿੱਦਾਂ ਜਿੱਦਾਂ ਪਤਾ ਲੱਗਦਾ ਪਿਆ ਆ, ਹੌਲੀ ਹੌਲੀ। ਮੈਂ ਹੁਣ ਵੀਡੀਓ ਪਿੱਛੇ ਜੇ ਵੀ ਬਣਾਈ ਸੀ, ਆਪਣੇ ਮੇਰੇ ਬਹੁਤ ਹੀ ਕਲੋਜ਼ ਫਰੈਂਡ ਹੀ ਆ, ਉਹ ਆਏ ਸੀ, ਉਹਨਾਂ ਨੇ ਉਹ ਵੀਡੀਓ ਬਹੁਤ ਵਾਇਰਲ ਹੋਈ ਸਾਰੇ ਪੰਜਾਬ 'ਚ, ਬਠਿੰਡੇ ਸੰਗਰੂਰ ਤੱਕ ਮੈਨੂੰ ਫੋਨ ਆਏ ਆ, ਆਰਡਰ ਵੀ ਆਏ ਆ, ਭੇਜੇ ਵੀ ਆ। ਮੈਂ ਇਸ ਤਰ੍ਹਾਂ ਹੀ, ਚਲੋ ਅੱਜ ਤੁਸੀਂ ਆਏ ਹੋ, ਤੁਹਾਡੇ ਮਾਧਿਅਮ ਰਾਹੀਂ ਵੀ ਇਹ ਵੀਡੀਓ ਹੋਰ ਵਾਇਰਲ ਹੋਏਗੀ, ਜਿੱਦਾਂ ਜਿੱਦਾਂ ਪਤਾ ਲੱਗੇਗਾ ਇਹ ਡਿਮਾਂਡ ਕਰ ਰਹੇ ਆ ਸਾਡੇ ਸਾਰੇ ਪੰਜਾਬ ਦੇ ਵਸਨੀਕ। ਅਤੇ ਸਾਡੇ ਦਰਸ਼ਕ ਵੀਰਾਂ ਨੇ ਇਸ ਵੀਡੀਓ ਨੂੰ ਦੇਖ ਕੇ ਮੰਗਵਾਉਣਾ ਹੋਵੇ ਤਾਂ ਤੁਸੀਂ ਆਪਣਾ ਐਡਰੈਸ ਜਾਂ ਆਪਣਾ ਮੋਬਾਈਲ ਨੰਬਰ ਜ਼ਰੂਰ ਕਨੈਕਟ ਕਰ ਦੇ ਸਕਦੇ ਸਾਨੂੰ? ਹਾਂਜੀ ਹਾਂਜੀ, ਮੇਰਾ ਨੰਬਰ ਆ ਜੀ 8194-9537-37। ਅਤੇ 8194-9175-37 ਇਸ ਨੰਬਰ 'ਤੇ ਤੁਸੀਂ ਮੈਨੂੰ ਫੋਨ ਕਰ ਲਿਓ ਅਤੇ ਜਾਂ ਵਟਸਐਪ ਕਰ ਲਿਓ, ਅਤੇ ਤੁਹਾਨੂੰ ਜੋ ਵੀ ਜਾਣਕਾਰੀ ਚਾਹੀਦੀ ਹੋਏਗੀ ਮੈਂ ਦੇ ਸਕਦਾ ਹਾਂ। ਆਪਾਂ ਥੱਲੇ ਵੀਡੀਓ ਦੇ ਵਿੱਚ ਭਾਅ ਜੀ ਉਹਨਾਂ ਦਾ ਨੰਬਰ ਵੀ ਪਾ ਦਾਂਗੇ ਕਿ ਜੇਕਰ ਕਿਸੇ ਨੂੰ ਵੀ ਓਇਲੀ ਵਾਲ ਚਾਹੀਦਾ ਹੈਗਾ, ਬੋਤਲ ਚਾਹੀਦੀ ਜਾਂ ਪੇਟੀ ਚਾਹੀਦੀ ਹੈਗੀ ਆ, ਭਾਅ ਜੀ ਉਹਨਾਂ ਨਾਲ ਕਨੈਕਟ ਕਰ ਸਕਦੇ ਹੋ, ਫਿਰ ਤੁਹਾਨੂੰ ਜੋ ਵੀ ਉਸ ਹਿਸਾਬ ਦਾ ਪ੍ਰਾਈਜ਼ ਹੋਏਗਾ ਉਹਦੇ ਹਿਸਾਬ ਨਾਲ ਤੁਹਾਨੂੰ ਡਿਲੀਵਰ ਕਰਾ ਦੇਣਗੇ। ਇਹ ਸਨ ਸਾਡੇ ਨਾਲ ਗੁਰਨੇਕ ਸਿੰਘ ਜੀ, ਜਿਹਨਾਂ ਨੇ ਓਲੀਵਾਲ ਦਾ ਬਿਜ਼ਨਸ ਸ਼ੁਰੂ ਕੀਤਾ ਹੈਗਾ। ਆਸ ਕਰਦੇ ਹਾਂ ਕਿ ਸਾਡੀਆਂ ਪਹਿਲੀਆਂ ਵੀਡੀਓ ਵਾਂਗੂ ਅੱਜ ਦੀ ਵੀਡੀਓ ਵੀ ਵਧੀਆ ਲੱਗੀ ਹੋਏਗੀ। ਸਾਨੂੰ ਥੱਲੇ ਕਮੈਂਟ ਕਰਕੇ ਜ਼ਰੂਰ ਦੱਸਣਾ ਕਿ ਅੱਜ ਦੀ ਗੱਲਬਾਤ ਕਿਹੋ ਜਿਹੀ ਲੱਗੀ, ਉਹ ਸਾਡੀ ਇਸ ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰੋ, ਲਾਈਕ ਕਰੋ, ਸ਼ੇਅਰ ਕਰੋ ਅਤੇ ਕਮੈਂਟ ਕਰਕੇ ਸਾਨੂੰ ਜ਼ਰੂਰ ਦੱਸਣਾ ਜੀ। ਧੰਨਵਾਦ ਜੀ। ਗੁਰਨੇਕ ਸਿੰਘ ਜੀ, ਤੁਹਾਡਾ ਵੀ ਸਾਡੇ ਪੰਜਾਬੀ ਰੰਗ ਟੀਵੀ ਉੱਤੇ ਆਉਣ 'ਤੇ ਬਹੁਤ ਬਹੁਤ ਧੰਨਵਾਦ ਹੈ ਜੀ। ਸਤਿ ਸ਼੍ਰੀ ਅਕਾਲ।